दिग्गज तेज गेंदबाज मोहम्मद शमी ते पार टेनिस खिडारी सानिया मिर्जा दूजा विआह करवाउण जा रहे ने। दोवें 20 अगस्त नूं विआह दे बंधन विच बध सकदे ने। दस दईए कि इस दी चर्चा सोशल मीडिया ते खूब जोरां दे नाल चल रही है। भारतीय टेनिस स्टार सानिया मिर्जा ने भी हाल ही दे विच पाकिस्तानी दिग्गज क्रिकेटर शोएब मलिक तों तलाक लै लिया। शोएब मलिक तों तलाक लै के सानिया मिर्जा भारत वापस परत आई है, जिस तों बाद हाल ही दे विच मीडिया च खबरां हुण सामने आ रहियां ने कि सानिया मिर्जा ਅਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਦੂਜੇ ਨੂੰ ਡੇਟ ਵੀ ਕਰ ਰਹੇ ਨੇ, ਪਰ ਹੁਣ ਤੱਕ ਦੋਵਾਂ ਭਾਰਤੀ ਸਟਾਰ ਖਿਡਾਰੀਆਂ ਨੇ ਇਸ ਗੱਲ ਨੂੰ ਰਸਮੀ ਤੌਰ ਤੇ ਸਵੀਕਾਰ ਵੀ ਨਹੀਂ ਕੀਤਾ। ਪਰ ਹੁਣ ਮੀਡੀਆ 'ਚ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਾਨਿਆ ਮਿਰਜ਼ਾ ਅਤੇ ਮੁਹੰਮਦ ਸ਼ਮੀ 20 ਅਗਸਤ ਨੂੰ ਵਿਆਹ ਕਰਵਾ ਸਕਦੇ ਨੇ, ਪਰ ਇਸ ਦੇ ਹਾਲੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਦੱਸ ਦਈਏ ਕਿ ਨਿਊਜ਼ ਚੈਨਲ ਦੇ ਵੱਲੋਂ ਇਹ ਖਬਰ ਪਾਈ ਗਈ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਆਈ ਹੈ। ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਦੀਆਂ ਚਰਚਾ ਲੰਬੇ ਸਮੇਂ ਤੋਂ ਵੈਸੇ ਚੱਲ ਰਹੀਆਂ ਨੇ, ਪਰ ਮੁਹੰਮਦ ਸ਼ਮੀ ਦੀ ਗੱਲ ਕਰੀਏ ਤਾਂ ਸ਼ਮੀ ਨੇ ਸਾਲ 2018 ਵਿੱਚ ਆਪਣੀ ਪਤਨੀ ਹਸੀਨ ਜਹਾਂ ਤੋਂ ਤਲਾਕ ਲੈ ਲਿਆ ਸੀ, ਜਦਕਿ ਹਾਲ ਹੀ ਦੇ ਵਿੱਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦਾ ਵੀ ਤਲਾਕ ਹੋ ਗਿਆ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਦੋਵੇਂ ਭਾਰਤੀ ਸਪੋਰਟਸ ਸਟਾਰ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ ਅਤੇ ਜਲਦੀ ਵਿਆਹ ਦੇ ਬੰਧਨ ਦੇ ਵਿੱਚ ਬਣ ਸਕਦੇ ਨੇ। ਇਸ ਤਰ੍ਹਾਂ ਦੀ ਖਬਰਾਂ ਪਿਛਲੇ ਕੁਝ ਮਹੀਨਿਆਂ ਤੋਂ ਵੀ ਟਰੰਡਕਾ ਰਹੀਆਂ ਨੇ, ਪਰ ਅਜਿਹੇ 'ਚ ਜੇਕਰ ਮੁਹੰਮਦ ਸ਼ਮੀ ਅਤੇ ਸਾਨੀਆ ਮਿਰਜ਼ਾ ਇੱਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲੈਂਦੇ ਨੇ ਤਾਂ ਇਸ ਦੇ ਵਿੱਚ ਕੁਝ ਗਲਤ ਵੀ ਨਹੀਂ ਹੋਵੇਗਾ। ਪਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਬਾਰੇ, ਕਮੈਂਟ ਕਰਕੇ ਜ਼ਰੂਰ ਦੱਸਣਾ।